ਦੋਸਤੋ ਜਿਹੜਾ ਇਹ ਕਿਸਾਨ ਸੀਗਾ ਜਾਂ ਹੋਰ ਵੀ ਉੱਥੇ ਕਿਸਾਨ ਸੀਗੇ ਜਿਹੜੇ ਉਹਨਾਂ ਦਾ ਇਹ ਕਹਿਣਾ ਸੀ ਜਿਹੜੀਆਂ ਡਿਸਕਾਂ ਉਹ ਫੁੱਲ ਖੋਲ੍ਹ ਕੇ ਚੱਲਣੀਆਂ ਚਾਹੀਦੀਆਂ ਫੁੱਲ ਖੋਲ੍ਹ ਕੇ 18 ਡਿਸਕਾਂ ਦੂਜੇ ਬੀ ਗੇਅਰ ਦੇ ਵਿੱਚ ਜੌਨ ਡੀਅਰ ਚੱਲ ਰਿਹਾ ਸੀ ਜੀ ਫੋਰ ਵੀਲ ਡਰਾਈਵ 1800 RPM ਅਤੇ 150 RPM ਡਰੋਪ ਕੀਤੇ ਸੀ ਜੀ ਟਰੈਕਟਰ ਨੇ ਅਤੇ ਤਕਰੀਬਨ ਟਾਈਮਿੰਗ ਤੁਹਾਨੂੰ ਮੈਂ ਗਾਹ ਦੱਸੂੰਗਾ ਜੀ ਕਿੰਨਾ ਇਹ ਚੱਲਿਆ ਵੀਡੀਓ ਦੇ ਵਿੱਚ ਹੈਗਾ ਤੁਸੀਂ ਦੇਖੋ ਵੀ ਕਿੰਨਾ ਇਹ ਟਾਈਮ ਚੱਲਿਆ ਅਤੇ ਹੁਣ ਆਪਾਂ ਇਹਦਾ ਦੋਸਤੋ ਤੇਲ ਚੈੱਕ ਕਰਦੇ ਹਾਂ ਵੀ ਇਹਨੇ ਤੇਲ ਕਿੰਨਾ ਲਿੱਤਾ ਜੀ ਅਤੇ ਕਿੰਨਾ ਇਹਨੇ ਟਾਈਮ ਲਿੱਤਾ ਉਹ ਦੇਖਦੇ ਹਾਂ ਜੀ ਆਪਾਂ ਲਓ ਜੀ 43 ਮਿੰਟ ਚੱਲ ਗਿਆ ਜੀ ਟਰੈਕਟਰ ਕਿੰਨਾ ਜੀ ਇਹ 2 ਲੀਟਰ ਦਾ 2 ਲੀਟਰ ਠੀਕ ਹੈ ਜੀ 2 ਲੀਟਰ ਹੈ ਬਸ ਇਦੋਂ ਬਾਅਦ ਲੀਟਰ ਲੀਟਰ ਆ ਜੀ ਨਹੀਂ ਫਿਰ ਉਧਰ ਹੀ ਦੋ ਦਾ ਪੈਣਗੇ ਹਾਂ ਦੋ ਇਹ ਤਾਂ ਤਿੰਨ ਵੀ ਪੈ ਸਕਦੇ ਜੀ ਪਰ ਕੋਈ ਚੱਕਰ ਨਹੀਂ ਜੀ ਬਹੁਤ ਪੋਲਾ ਬਾਹਣ ਕੋਈ ਵੀ ਟਰੈਕਟਰ ਹੋਵੇ ਸਾਰੇ ਫਸ ਜਾਂਦੇ ਆ ਇੰਨੇ ਪੋਲੇ ਬਾਹਣ ਦੂਜੇ ਸਾਲ ਵੀ ਚਲਾਈਏ ਨਾ ਜੀ ਤਾਂ ਵੀ ਹਾਂ 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 ਸੈਲਫੀ ਸਟੈਂਡ ਹੋਈ ਮੰਗਾਇਆ ਫਿਰ ਮੈਂ ਹੈ ਜੀ ਸਟੈਂਡ ਬੜਾ ਤੀਰ ਚੱਕ ਕੇ ਨਾ ਵੇਖ ਕੇ ਪਾਉਂਦਾ ਰਹੀ ਮੰਗਾ ਲੈ ਮੁੜ ਕੇ ਫਿਰ ਨਾਲ ਐਵਰੇਜ ਦਾ ਇਸੇ ਵੀ ਚੱਕ ਕੇ ਲੋ ਬੱਸਾ ਮਾਰੇ 100 ਗ੍ਰਾਮ ਵੀ ਡੋ ਲਗਾਣਾ ਸਾਰੇ ਜੀਸੀ ਪੀਸੀ ਹੋ ਜਾਂਦਾ ਹਾਂ ਜੀ ਚੱਕ ਕੇ ਵੱਜਦਾ ਉਧਰ ਵੇਖੋ ਤੁਸੀਂ ਤੋਂ ਵੱਜਦਾ ਹੁਣ ਤੇ ਵੇਖੇ ਤਿੰਨ ਹੋ ਗਏ ਵੱਜਦਾ ਤਾਂ ਮੈਂ ਇੱਕ ਨਹੀਂ ਕਿੰਨੇ ਕਿਹੜੇ ਲੱਗੇ ਉਹ ਭਰ ਗਈ ਭਰ ਗਈ ਕੱਢ ਲੋ ਫੀਕ ਤਾਂ ਕੱਢ ਲੈ ਆ ਕੰਮ ਕਿਆ ਕਰਦਾ ਫੀਕ ਕੱਢ ਲੋ ਤੇ ਚੰਨੇ ਬਸ ਨਾ ਬਸ ਠੀਕ ਹੈ ਪੂਰਾ ਤਿੰਨ ਹੀ ਪਏ ਪੂਰੇ ਤਿੰਨ ਹੀ ਪਏ 2 ਲੀਟਰ ਦਾ 6 ਲੀਟਰ ਤੇ ਲਿਖਾ ਗਿਆ 6 ਲੀਟਰ ਖਾ ਗਿਆ 6 ਲੀਟਰ ਖਾ ਗਿਆ ਜੀ ਕਿੰਨਾ ਤੇ ਲੱਗਿਆ 6 ਲੀਟਰ ਦੋ ਦੋ ਵਾਲੇ ਤਿੰਨ ਨਾਪ ਹੋ ਗਏ ਹਾਂ ਹੋ ਗਏ ਜੀ ਪੂਰਾ 6 ਲੀਟਰ ਤੇਲ ਪਿਆ 6 ਲੀਟਰ ਹੋ ਗਿਆ ਜੀ ਤੁਸੀਂ ਟੈਂਕੀ ਚੈੱਕ ਕਰ ਸਕਦੇ ਹੋ ਲਾ ਦੇ ਟੱਕਾ ਬਸ ਹੁਣ ਦੇਣੇ ਆ ਜੀ ਕਬੋਟਾ ਇੰਕਾਂ ਕੱਢਤੀਆਂ ਇਹਦੀਆਂ ਵੀ ਉੱਤੋਂ ਠੀਕ ਹੈ ਜੀ ਉਹਦੀਆਂ ਵੀ ਕੱਢੀਆਂ ਸੀ ਅਤੇ ਤੇਲ ਪਾ ਰਹੇ ਹਾਂ ਹੁਣ ਇਹਦੇ ਵਿੱਚ ਬਹੁਤ 6 ਲੀਟਰ ਖਾ ਗਿਆ ਜੀ 43 ਮਿੰਟਾਂ ਦੇ ਵਿੱਚ ਏਰੀਆ ਤੁਹਾਨੂੰ ਦੱਸਾਂਗੇ ਬਾਅਦ ਦੇ ਵਿੱਚ ਕਿੰਨਾ ਲਓ ਜੀ ਕਬੋਟਾ ਜਾਂ ਤੇਲ ਪਾ ਰਹੇ ਹਾਂ ਹੁਣੇ ਤਾਂ ਕੋਈ ਨਹੀਂ ਸਕਦਾ ਸਾਡੇ ਨਾਲ ਚੱਲ ਕੇ ਫਾਇਦਾ ਤਾਂ ਕੋਈ ਨਹੀਂ ਪਾ ਰਿਹਾ ਤੇ ਉੱਤੇ ਤਾਂ ਮੈਂ ਫੋਨ ਹੈ ਹਾਂ ਬਾਈ ਨੂੰ ਪਾ ਲੈਣ ਦੇ ਯਾਰ ਤੇਲ ਜੇ ਘੱਟ ਚੱਡੂਗਾ ਤਾਂ ਇਹਦਾ ਇਹਦਾ ਘੱਟ ਹਾਂ ਬਾਈ ਠੀਕ ਹੈ ਬਾਈ ਹਲਾ ਲੈ ਹਲਾਏ ਬੜੇ ਇੰਨੇ ਉਹਦਾ ਸੀ ਬਸ 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 ਬਾਹਰ ਲੱਗ ਗਿਆ ਇੰਨੇ ਉਸ ਸੇਮ ਡਰਾਈਵਰ ਹੋਊਗਾ ਜੀ ਤੀਜੇ ਲੋਅ ਦੇ ਵਿੱਚ ਚੱਲੂਗਾ ਜੀ ਕਿੰਨੇ RPM ਤੇ 1800 ਤੇ 1800 ਤੇ ਹਾਂਜੀ ਉਹ ਵੀ 1800 ਤੇ ਜੀ ਬਾਈ ਜੀ ਲਵਲੀ ਬਾਈ ਕਿੰਨੇ ਕਿਹੜੇ ਗੇਅਰ ਚੱਲਿਆ ਸੀ ਜੀ ਉਹ ਦੂਜੇ ਬੀਚ ਸਪੀਡ ਤਾਂ ਜੀ ਦੋਨਾਂ ਦੀ ਮੈਨੂੰ ਸੇਮ ਹੀ ਲੱਗੀ ਜੀ ਤਵੀਆਂ ਜੀ 18 ਦੀਆਂ ਫੁੱਲ ਖੋਲ੍ਹੀਆਂ ਹੋਈਆਂ ਦੇਖੋ ਜੀ ਡੂੰਘੀਆਂ ਦੇਖੋ ਕਿੰਨੀਆਂ ਲੱਗ ਰਹੀਆਂ ਡਿਸਕਾਂ ਕਹਿੰਦੇ ਵੀ ਖੋਲ੍ਹ ਕੇ ਚਲਾਉਣੀਆਂ ਫੁੱਲ
आ गया जी कबोटा, इन्हें 8.5 मिनट वध लए उहदे नालों 53.10 नालों। तो हुण आपां इह डीजल पाउणे आ जी, 52 मिनट 50 सैकेंड इन्हें लाए है जी, 8.5 मिनट इन्हें ज़्यादा लाए है। उन्हें किन्ने लाए लवली भाई जाउंडियर ने? 43 मिनट उन्हें 43 13-13 गेड़े लाए है जी दोनों ने, 13 गेड़िया के मान लो इन्हें टाइम 8.5 मिनट वध लै ली। 1800 तो यह चलिया जी, 1800 तो वह चलिया जी। लो जी तेल थोड़े सामने लाइव चल रहा है जी, तुम देख सकते हो एक गैलन पै गया 2 लीटर का। जॉन्डियर 1650 चक्कर चल रहा है, कबोटा 1500 चक्कर चल रहा है जी ड्रॉप इस कदे घटदा वधदा 150 चक्कर घटदे वधदे रहिंदे आ। 2 लीटर दा कहना जी, 2 लीटर पै गया। हां हां सही है सही है, मान लो ओह कदे 1600 ते कदे 1650 ते ओमे 1500 कदे 1550 डोले नहीं किन्ना एक 100 ग्राम ही डोले बस 100 ग्राम 100 मान लो किन्ना पे बले टोटली मान लो भी 2 लीटर 100 ग्राम मान सकते हैं, तेल उपर करता कि देख लो जी इन्हें 8.5 मिनट वध लए है, इन्हें 3.5 लीटर खाधा जी, उन्हें 6 लीटर खाधा, ये डिफरेंस आया जी तेल का। थान दस्सो जी किन्ना किन्ना हो गया जी दोनों का? है जॉन्डियर का 80 फुट यदा फीता मार रहे हैं जी, बस बराबर ही है, बराबर ही है। ए, पता की फर्क पैंदा, कोई गेड़ा वड के आंदा है, बस ओही फर्क पैंदा, बड़ा छोटा रह गया ओही फर्क। 80 है सीधा जी, 80 बराबर है जी, कबोटा दा तुसी मन्नो भी जेड़ा टाइम है ओह ज्यादा है 8.5 मिनट जी, तेल घट आ तो तुहानू दस दित्ता जी, इन्ने बंदे गवाए जी। अपने दस्सो जी किन्ना एरिया? 1.16 एकड़ है, ठीक है जी, दोनों ने बराबर बराबर 200 बराबर 25। लो जी ये रवि बह गया जी हम ट्रैक्टर के उपर, 1500 RPM से फुल तवियां नू ड्राइव कर रहा रवि सिद्धू संघरिया ट्रैक्टर फैन वाला। 200 RPM किन्ने के तोड़ता सारी गलबात दसूगा? 300 तोड़ी जाना जी।